ਮੌਕਮ ਪੁਰਾਵੇ ਕੇ ਇੱਕ ਨਾਬਾਲਿਗ ਲੜਕੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਐਸਐਚਓ ਥਾਣਾ ਮੌਕਮਪੁਰਾ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕਾਰਵਾਈ ਕਰ ਲੜਕੀ ਨੂੰ ਬਰਾਮਦ ਕਰ ਵਾਰਸਾਂ ਦੇ ਹਵਾਲੇ ਕਰ ਦਿੱਤਾ, ਜਦਕਿ ਅਗਵਾ ਕਰਨ ਵਾਲੇ ਲੜਕੇ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਮਾਮਲਾ ਦਰਜ ਕਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਨੰਦਨੀ ਲੜਕੀ 17 ਸਾਲ ਉਮਰ ਹੈ ਉਹਦੀ, ਉਹਨੂੰ ਦੀਪੂ ਨਾਮ ਦਾ ਲੜਕਾ ਉਹਨੂੰ ਲੈ ਗਿਆ ਸੀਗਾ, ਤਾਂ ਇਹਨਾਂ ਨੂੰ ਜਿਹੜਾ ਦੀਪੂ ਲੜਕਾ ਹੈਗਾ ਉਹਨੂੰ ਗ੍ਰਿਫਤਾਰ ਕਰ ਲਿਆ ਹੋਇਆ, ਤਾਂ ਉਹਨੂੰ ਪੇਸ਼ ਅਦਾਲਤ ਕਰਨ ਵਾਸਤੇ ਗਏ ਹੋਏ। ਇਹ ਇੱਥੋਂ ਪਹਿਲਾਂ ਤਾਂ ਦਿੱਲੀ ਵੱਲ ਨੂੰ ਲੈ ਗਿਆ ਸੀਗਾ, ਲੇਕਿਨ ਬਾਅਦ 'ਚ ਇਨਫੋਰਮੇਸ਼ਨ ਮਿਲ ਗਈ ਸੀ ਕਿ ਉਹ ਵਾਪਸ ਆ ਗਿਆ ਇੱਥੇ ਅੰਮ੍ਰਿਤਸਰ, ਉੱਥੋਂ ਫਿਰ ਗ੍ਰਿਫਤਾਰ ਕਰ ਲਿਆ। ਫਰਦਰ ਇਨਵੈਸਟੀਗੇਸ਼ਨ ਸਾਰਾ ਕੁਛ ਤਕਰੀਬਨ ਕੰਪਲੀਟ ਹੋ ਚੁੱਕਾ, ਜਿਹੜੀ ਲੜਕੀ ਹੈਗੀ ਆ ਉਹਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।